ਸਤਸ੍ਰੀ ਅਕਾਲ ਹਾਜ਼ਰ ਹਾਂ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਦੇ ਨਾਲ ਜਿੱਥੇ ਤਮਾਮ ਵੱਡੀਆਂ ਖਬਰਾਂ ਦੇ ਉੱਪਰ ਕਰਾਂਗੇ ਚਰਚਾ ਗੱਲ ਹੋਵੇਗੀ ਕਰਤਾਰਪੁਰ ਲਾਂਗੇ ਦੇ ਵਿੱਚ ਪੈ ਰਹੇ ਐੜੀਕੇ ਦੀ ਇਸ ਦੇ ਨਾਲ ਹੀ ਜੋ ਸੁਲਤਾਨਪੁਰ ਲੋਧੀ ਦੇ ਵਿੱਚ ਕੱਲ ਸਮਾਗਮ ਹੋਏ ਨੇ ਉਸ ਦੀ ਵੀ ਗੱਲ ਕਰਾਂਗੇ ਜੋ ਹੋਰ ਗੁਰਤਾਮ ਖੋਲਣ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਹੈ ਇਹਨਾਂ ਤਮਾਮ ਖਬਰਾਂ ਦੇ ਉੱਪਰ ਚਰਚਾ ਕਰਾਂਗੇ ਤੇ ਇਸ ਦੇ ਲਈ ਪਹਿਲਾ ਸਭ ਤੋਂ ਪਹਿਲਾ ਸਵਾਗਤ ਕਰਦੇ ਹਾਂ ਅੱਜ ਦੇ ਮਹਿਮਾਨ ਦਾ ਸੋ ਅੱਜ ਜਿਹੜੇ ਐਕਸਪਰਟ ਸਾਡੇ ਨਾਲ ਮੌਜੂਦ ਨੇ ਉਹ ਨੇ ਸੀਨੀਅਰ ਪੱਤਰਕਾਰ ਪ੍ਰੋਫੈਸਰ ਕਮਲੇਸ਼ ਸਿੰਘ ਦੁੱਗਲ ਜੀ ਸੋ ਸਭ ਤੋਂ ਪਹਿਲਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ। ਜੀ। ਸੋ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੇ ਵਿਚਾਰ ਦੇ ਉੱਪਰ ਸੋ ਅੱਜ ਦਾ ਵਿਚਾਰ ਕਹਿੰਦਾ ਹੈ ਕਿ ਸਫਲਤਾ ਨੂੰ ਚਾਉਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਆਪਣੀ ਹਉਮੈ ਮਾਨਣੀ ਚਾਹੀਦੀ ਹੈ ਤਾਂ ਹੀ ਉਹ ਸਫਲ ਹੋ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਸਰ ਇਸ ਵਿਚਾਰ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜੇ ਇਹ ਵਿਚਾਰ ਨੇ ਨਾ ਇਹ ਪਹਿਲਾਂ ਹੀ ਅਨਮੋਲ ਹੁੰਦੇ ਆ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਬਹੁਤ ਵੱਡੀ ਜਿਹੜੀ ਵਿਚਾਰਤਾਰਾ ਕੰਮ ਕਰਦੀ ਆ ਦੇਖੋ ਕੋਈ ਵੀ ਕੰਮ ਜੇ ਆਪਾਂ ਹਉਮੈ ਨੂੰ ਲੈ ਕੇ ਹੰਕਾਰ ਨੂੰ ਲੈ ਕੇ ਆਪਾਂ ਕਰਾਂਗੇ ਤਾਂ ਆਪਾਂ ਸਫਲ ਨਹੀਂ ਹੋ ਸਕਦੇ ਕਿਉਂਕਿ ਸਰ ਇਹ ਗੁਰੂਆਂ ਪੀਰਾਂ ਫਕੀਰਾਂ ਸਾਰਿਆਂ ਦਾ ਹੀ ਇਹ ਸੰਦੇਸ਼ ਆ ਵੀ ਹੰਕਾਰ ਨੂੰ ਆਪਾਂ ਪਰੇ ਰੱਖੀਏ ਖਾਸ ਕਰਕੇ ਸਿੱਖ ਜੋਂ ਦੇ ਵਿੱਚ ਤਾਂ ਇਹ ਹੈਗਾ ਹੀ ਆ ਵੀ ਜਿਹੜਾ ਅਸੀਂ ਹੰਕਾਰ ਆ ਜੇ ਇਹਨੂੰ ਪਿੱਛੇ ਰੱਖਾਂਗੇ ਤਾਂ ਹੀ ਅਸੀਂ ਕਾਮਯਾਬ ਆਪਣੇ ਆਸ਼ੀਰ ਦੇ ਵਿੱਚ ਹੋ ਸਕਦੇ ਆ ਸੋ ਇਹ ਬਹੁਤ ਵਧੀਆ ਗੱਲ ਹੈਗੀ ਆ ਵੀ ਅਸੀਂ ਹੰਕਾਰ ਨਹੀਂ ਕਰਨਾ ਹੰਕਾਰਿਆ ਮਾਰਿਆ ਇੱਕ ਕਹਾਵਤ ਵੀ ਹੈਗੀ ਆ ਜਿਹੜਾ ਬੰਦਾ ਵੀ ਹੰਕਾਰ ਕਰਦਾ ਉਹ ਕਦੇ ਨਾ ਕਦੇ ਜ਼ਿੰਦਗੀ ਦੇ ਵਿੱਚ ਮਾਰ ਖਾ ਜਾਂਦਾ ਤੋਂ ਸਾਨੂੰ ਜ਼ਰੂਰੀ ਆ ਜਦੋਂ ਵੀ ਅਸੀਂ ਸਫਲਤਾ ਦੀਆਂ ਪੌੜੀਆਂ ਚੜ੍ਹਣੀਆਂ ਨੇ ਤਾਹ ਹੰਕਾਰ ਨੂੰ ਜਿਹੜਾ ਹੈਗਾ ਸਾਨੂੰ ਇੱਕ ਪਾਸੇ ਰੱਖਣਾ ਪੈਣਾ ਤੇ ਬੜੀ ਨਿਮਰਤਾ ਦੇ ਨਾਲ ਪੂਰੇ ਸਹਿਨਸ਼ੀਲਤਾ ਦੇ ਨਾਲ ਤੇ ਸੰਜੀਦਾ ਹੋ ਕੇ ਸਾਨੂੰ ਉਹ ਕੰਮ ਕਰਨਾ ਚਾਹੀਦਾ ਤਾਂ ਹੀ ਅਸੀਂ ਸਫਲਤਾ ਜਿਹੜੀ ਹੈਗੀ ਆ ਉਹ ਆਪਣੇ ਮੱਥੇ ਚ ਚੁੰਮ ਸਕਦੇ ਆ ਜੀ ਬਿਲਕੁਲ ਕਿਉਂਕਿ ਸਫਲਤਾ ਵਾਸਤੇ ਸਾਨੂੰ ਆਪਣੇ ਅੰਦਰ ਦੀ ਮੈਂ ਤੇ ਹੌਮੇ ਨੂੰ ਮਾਰਨਾ ਹੀ ਪੈਗਾ ਤਾਂ ਹੀ ਇਨਸਾਨ ਜਿਹੜਾ ਸਫਲ ਹੋ ਸਕਦਾ ਹੈ ਸੋ ਖੂਬਸੂਰਤ ਜਿਹੜਾ ਵਿਚਾਰ ਸੀ ਉਸ ਦੇ ਉੱਪਰ ਚਰਚਾ ਕਰਨ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਅੱਜ ਦੀਆਂ तमाम ਜਿਹੜੀਆਂ ਖਬਰਾਂ ਨੇ ਸੋ ਅੱਜ ਜਿਹੜੀਆਂ ਖਬਰਾਂ ਮੈਂ ਲੈ ਕੇ ਆਈਆਂ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰਤਾਰਪੁਰ ਲਾਂਗੇ ਦੀ کافی ਲੰਬੇ ਸਮੇਂ ਤੋਂ ਸਿੱਖਾਂ ਦੀ ਮੰਗ ਸੀ ਕਿ ਖੁੱਲੇ ਦਰਸ਼ਨ ਦੀਦਾਰ ਵਾਸਤੇ ਜਿਹੜੇ ਗੁਰਤਾਮ ਨੇ ਪਾਕਿਸਤਾਨ ਵਾਲੇ ਪਾਸੇ ਖੋਲੇ ਜਾਣ ਇਸ ਵਾਸਤੇ ਜਿਹੜਾ ਹੈ ਕਰਤਾਰਪੁਰ ਲਾਂਗਾ ਖੋਲਿਆ ਗਿਆ ਤੇ کافی ਲੰਬੇ ਸਮੇਂ ਦੀਆਂ ਜਿਹੜੀਆਂ ਅਰਦਾਸਾਂ ਸੀ ਨਾਨਕ ਨਾਮਲੇਵਾ ਸੰਗਤਾਂ ਦੀਆਂ ਸਿੱਖਾਂ ਦੀਆਂ ਉਹ ਕਬੂਲ ਹੋਈਆਂ ਉਸ ਨੂੰ ਬੂਰ ਲੱਗਿਆ ਤੇ ਹੁਣ ਜਿਹੜੀ ਦਿੱਕਤ ਪੇਸ਼ ਆ ਰਹੀ ਹੈ ਸ਼ਰਧਾਲੂਆਂ ਨੂੰ ਜੋ ਜਾਣਕਾਰੀ ਦੀ ਕਮੀ ਹੈ ਕਰਤਾਰਪੁਰ ਲਾਂਗੇ ਨੂੰ ਲੈ ਕੇ ਉਹ ਕਿਤੇ ਨਾ ਕਿਤੇ ਇਸ ਦੇ ਦਰਸ਼ਨ ਵਿੱਚ ਅੜਿੱਕਾ ਬਣ ਰਿਹਾ ਹੈ ਸੋ ਇਸ ਦੇ ਉੱਪਰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਇੱਕ ਤਾਂ ਇਹ ਪਹਿਲਾਂ ਤਾਂ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਹੈਗੀ ਆ ਜਿਵੇਂ ਤੁਸੀਂ ਕਿਹਾ ਹੈਗਾ ਵੀ ਇਹ ਜਿਹੜਾ ਲਾਂਗਾ ਖੁੱਲਿਆ ਇਹ ਬਹੁਤ ਇੱਕ ਵੱਡੀ ਸੁਭਾਗਾ ਸਾਡੇ ਦੇ ਲਈ ਸਮਾਂ ਆ ਜਦੋਂ ਇਹ ਸੀ ਆਪਣੇ ਗੁਰੂ ਦੇ ਦਰਸ਼ਨ ਜਿਹੜੇ ਹੈਗੇ ਆ ਉਹ ਉਥੋਂ ਕਰ ਸਕਦੇ ਆ ਅੱਗੇ ਕੀ ਹੁੰਦਾ ਸੀ ਲੋਕੀ ਡੇਰਾ ਬਾਬਾ ਨਾਨਕ ਜਾ ਕੇ ਦੂਰਬੀਨ ਦੇ ਰਾਹੀਂ ਦਰਸ਼ਨ ਕਰਦੇ ਸੀ ਤੇ ਹੁਣ ਲੋਕਾਂ ਦੇ ਵਿੱਚ ਇਹ ਬਹੁਤ ਇਸ ਗੱਲ ਦੀ ਖੁਸ਼ੀ ਆ ਇਕੱਲੇ ਪੰਜਾਬੀਆਂ ਦੇ ਵਿੱਚ ਹੀ ਨਹੀਂ ਜਾਂ ਸਿੱਖਾਂ ਦੇ ਵਿੱਚ ਹੀ ਨਹੀਂ ਸਾਰੇ ਦੇਸ਼ ਵਿਦੇਸ਼ ਦੇ ਜਿੰਨੇ ਵੀ ਨਾਨਕ ਨੇਵਾ ਜਿਹੜੇ ਨਿਵਾ ਸੰਗਤ ਆ ਉਹਨਾਂ ਸਾਰਿਆਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਪਰ ਨਾਲ ਹੀ ਜਿਹੜੀਆਂ ਹੁਣ ਇਸ ਤਰ੍ਹਾਂ ਦੀਆਂ ਵੀ ਗੱਲਾਂ ਆ ਰਹੀਆਂ ਨੇ ਵੀ ਹੁਣ 4 ਦਿਨਾਂ ਤੱਕ ਜਿਹੜੇ ਜਾਨੀ 9 ਤੋਂ ਲਾਂਘਾ ਖੁੱਲਿਆ 9 10 11 12 ਦੀ ਗੱਲ ਕਰੀਏ ਤਾਂ ਇਹਦੇ ਵਿੱਚ 1463 ਲੋਕਾਂ ਨੇ ਹੀ ਅਜੇ ਤੱਕ ਦਰਸ਼ਨ ਕੀਤੇ ਨੇ ਪਹਿਲੇ ਦਿਨ ਜਿਹੜੇ ਹੈਗੇ ਸੀ 562 ਲੋਕ ਗਏ ਸੀ ਫਿਰ 239 ਗਏ ਸੀ ਫਿਰ 130 ਗਏ ਸੀ ਤੇ ਕੱਲ ਜਿਹੜੇ ਹੈਗੇ ਮੰਗਲਵਾਰ ਨੂੰ 532 ਦੇ ਕਰੀਬ ਜਿਹੜੇ ਹੈਗੇ ਆ ਸ਼ਰਧਾਲੂ ਜਿਹੜੇ ਹੈਗੇ ਆ ਉਹ ਮੱਥਾ ਟੇਕ ਕੇ ਆਏ ਨੇ ਇਹਦੇ ਵਿੱਚ ਜਿਹੜੀ ਜਾਣਕਾਰੀ ਆ ਇੱਕ ਸਾਨੂੰ ਇੱਕ ਐਪ ਜਿਹੜੀ ਹੈਗੀ ਆ ਉਹਦੇ ਉੱਪਰ ਸਾਨੂੰ ਆਪਣੇ ਵੇਰਵੇ ਦੇਣੇ ਪੈਂਦੇ ਆ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਅਜੇ ਇਹ ਜਾਣਕਾਰੀ ਸਰਕਾਰੀ ਤੋਂ ਉਹਨਾਂ ਨੂੰ ਪਤਾ ਨਹੀਂ ਹੈਗਾ ਕਿਉਂਕਿ ਆਮ ਉਹ ਸਮਝਦੇ ਆ ਵੀ ਕਿਤੇ ਸਾਨੂੰ ਆਧਾਰ ਕਾਰਡ ਦੇ ਨਾਲ ਹੀ ਸਾਨੂੰ ਜਾਣ ਦਿੱਤਾ ਜਾਊਗਾ ਕੱਲ ਵੀ ਲੱਖਾਂ ਹੀ ਲੋਕ ਜਿਹੜਾ ਆ ਉਹ ਡੇਰਾ ਬਾਬਾ ਨਾਨਕ ਦੇ ਉੱਪਰ ਦਰਸ਼ਨ ਕਰਕੇ ਦੂਰਦਰਸ਼ਨ ਆਪਣੇ ਦੂਰ ਵੀਰਾਂ ਹੀ ਦਰਸ਼ਿਤ ਕਰਕੇ ਜਿਹੜੇ ਹੈਗੇ ਪਰਤੇ ਨੇ ਕਿਉਂਕਿ ਉਹਨਾਂ ਨੇ ਜਿਹੜੇ ਗਏ ਨੇ ਜਾਂ ਫਿਰ ਜਦੋਂ ਗਰੁੱਪਾਂ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਨੂੰ ਨਹੀਂ ਉਹਨਾਂ ਨੂੰ ਇਜਾਜ਼ਤ ਮਿਲੀ ਥੋ ਇਸ ਕਰਕੇ ਜਿਹੜਾ ਹੈਗਾ ਜਿੰਨੇ ਵੀ ਲੋਕ ਨੇ ਇਹ ਪੂਰੀ ਜਾਣਕਾਰੀ ਜਿਹੜੀ ਹੈਗੀ ਆ ਸਾਡਾ ਵੀ ਸਰਕਾਰ ਦਾ ਵੀ ਫਰਜ਼ ਬਣਦਾ ਸਾਡੀ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਦਾ ਵੀ ਫਰਜ਼ ਬਣਦਾ ਸਾਨੂੰ ਇਸ ਤਰ੍ਹਾਂ ਦੇ ਕਾਊਂਟਰ ਵੀ ਲਾਉਣੇ ਚਾਹੀਦੇ ਆ ਜਿੱਥੇ ਇਹ ਲੋਕਾਂ ਨੂੰ ਪੂਰੀ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਇਹਦੇ ਵਿੱਚ ਹੈਗਾ ਵੀ ਉਹਨਾਂ ਨੂੰ ਪੂਰਾ ਮੋਬਾਈਲ ਦੇ ਉੱਪਰ ਹੀ ਸੂਚਿਤ ਕੀਤਾ ਜਾਂਦਾ ਹੈਗਾ ਤੇ ਬਹੁਤ ਸਾਰੇ ਲੋਕ ਕੱਲ ਇਸ ਤਰ੍ਹਾਂ ਦੇ ਵੀ ਭਾਈ ਭਗਤੇ ਤੋਂ ਇੱਕ ਗਏ ਤੇ ਉਹਨਾਂ ਦੀ ਘਰ ਵਾਲੀ ਨੂੰ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਕੋਲੇ ਜਿਹੜੇ ਹੈਗਾ ਉਹਨਾਂ ਦੇ ਕਾਗਜ਼ਾਤ ਪੂਰੇ ਨਹੀਂ ਸੀ ਸੋ ਸਾਡੇ ਲਈ ਇੱਕ ਤਾਂ ਇਹਨਾਂ ਨੇ ਪਾਸਪੋਰਟ ਦੀ ਸ਼ਰਤ ਜਿਹੜੀ ਹੈਗੀ ਆ ਉਹ ਲਾਈ ਹੋਈ ਆ ਕਿਉਂਕਿ ਇੱਕ ਵਾਰੀ ਇਸ ਤਰ੍ਹਾਂ ਦਾ ਭੰਮਲ ਭੂਸਾ ਪੈ ਗਿਆ ਸੀ ਵੀ Imran Khan ਨੇ ਕਿਹਾ ਸੀ ਪਾਸਪੋਰਟ ਦੀ ਸ਼ਰਤ ਜਿਹੜੀ ਹੈਗੀ ਆ ਉਹ ਨਹੀਂ ਲਾਗੂ ਹੋਊਗੀ ਤੇ ਪਰ ਉਹ ਲਾਗੂ ਹੈਗੀ ਆ ਅਜੇ ਵੀ ਜਿਹੜਾ ਹੈਗਾ ਇਸ ਤਰ੍ਹਾਂ ਦੇ ਜਿੰਨੀ ਫਿਰ ਸਾਨੂੰ ਪੂਰੀ ਪੁਖਤਾ ਜਾਣਕਾਰੀ ਜਿਹੜੀ ਹੈਗੀ ਆ ਉਹ ਲੈਣੀ ਚਾਹੀਦੀ ਆ ਪੁਖਤਾ ਜਾਣਕਾਰੀ ਲੈ ਕੇ ਹੀ ਸਾਨੂੰ ਜਿਹੜਾ ਹੈਗਾ ਕਮੰਤਰੀ ਸਰਹੱਦ ਦੇ ਉੱਪਰ ਜਿਹੜਾ ਡੇਰਾ ਬਾਬਾ ਨਾਨਕ ਤੋਂ ਉਹ ਜਾਣਾ ਚਾਹੀਦਾ ਫਿਰ ਅਸੀਂ ਜਿਹੜੇ ਸਾਡੇ ਦਰਸ਼ਨ ਨੇ ਬਾਬਾ ਜੀ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਉਹ ਅਸੀਂ ਭਲੀ ਭਾਂਤ ਕਰ ਸਕਦੇ ਆ ਤੇ ਅਸੀਂ ਸ਼ਾਮ ਨੂੰ ਉਥੋਂ ਵਾਪਸ ਆ ਸਕਦੇ ਆ ਤੇ ਲਗਾਤਾਰ ਜਿਹੜੇ ਲੋਕ ਹਨਾ ਉਹ ਵੀ ਇਹ ਪੁੱਛਦੇ ਨਜ਼ਰ ਆ ਰਹੇ ਨੇ ਕਿ ਹੱਲੇ ਤੱਕ ਜੋ ਪੂਰੀ ਕਿਸ ਤਰ੍ਹਾਂ ਉੱਥੇ ਅਸੀਂ ਜਾ ਸਕਦੇ ਆ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਵਿੱਚ ਸ਼ੰਕਾ ਬਣੀ ਹੋਈ ਹੈ ਜਿਸ ਤਰ੍ਹਾਂ ਤੁਸੀਂ ਦੂਰ ਵੀ ਉਹ ਸ਼ੰਕਾ ਕਰ ਦਿੱਤੀ ਕਿਤੇ ਨਾ ਕਿਤੇ ਕਿ ਕਿਤੇ ਨਾ ਕਿਤੇ ਜਿਹੜੇ ਲੋਕ ਸੀ ਉਹਨਾਂ ਨੂੰ ਲੱਗਦਾ ਸੀ ਕਿ ਪਾਸਪੋਰਟ ਤੋਂ ਬਿਨਾਂ ਹੀ ਉਹਨਾਂ ਨੂੰ ਉੱਧਰ ਜਾਣ ਦਿੱਤਾ ਜਾਏਗਾ ਪਰ ਪਾਸਪੋਰਟ ਜਿਹੜਾ ਹੈ ਲਾਜ਼ਮੀ ਹੈ ਉਸ ਦੇ ਨਾਲ ਹੀ ਤੁਸੀਂ ਜੋ ਪਰਲੇ ਪਾਰ ਦਰਸ਼ਨ ਕਰਨ ਵਾਸਤੇ ਜਾ ਸਕਦੇ ਹੋ ਤੇ ਇਸ ਦੇ ਨਾਲ ਹੀ ਜਿਹੜੀ ਐਪ ਹੈ ਉਸ ਤੋਂ ਸਾਰੀ ਜਾਣਕਾਰੀ ਤੁਹਾਨੂੰ ਮਿਲ ਸਕਦੀ ਹੈ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਚ ਇਸ ਤਰ੍ਹਾਂ ਦੇ ਹੋਰ ਵੀ ਪ੍ਰੋਗਰਾਮ ਲੀਕ ਕੇ ਜਾਣ ਬਿਲਕੁਲ ਜੀ ਬਿਲਕੁਲ ਤੇ ਇਹ ਜਿਹੜਾ ਹੈਗਾ ਨਾ ਪਾਸਪੋਰਟ ਦੇ ਉੱਪਰ ਉਹ ਕਿਸੇ ਤਰ੍ਹਾਂ ਦੀ ਮੋਹਰ ਵਗੈਰਾ ਨਹੀਂ ਲੱਗਦੀ ਸਿਰਫ ਆਈਡੈਂਟੀਟੀ ਕਾਰਡ ਵਜੋਂ ਹੀ ਪਾਸਪੋਰਟ ਜਿਹੜਾ ਹੈਗਾ ਉਹ ਦੇਖਿਆ ਜਾਂਦਾ ਹੈ ਉੱਥੇ ਕਿਉਂਕਿ ਪਾਸਪੋਰਟ ਦੇ ਵਿੱਚ ਜਿਹੜੀ ਆ ਪੁਖਤਾ ਜਾਣਕਾਰੀ ਹੁੰਦੀ ਹੈ ਹਰੇਕ ਬਾਰੇ ਸੋ ਇਸ ਕਰਕੇ ਜਿਹੜਾ ਹੈਗਾ ਪਹਿਲਾਂ ਤਾਂ ਇਹਨਾਂ ਦਾ ਸੀ ਵੀ ਅਸੀਂ ਵਿਦਾਊਟ ਪਾਸਪੋਰਟ ਜਿਹੜੇ ਕਿਉਂਕਿ ਸਾਡੇ ਬਹੁਤ ਸਾਰੇ ਲੋਕਾਂ ਦੇ ਸ਼ਰਧਾਲੂਆਂ ਦੇ ਖਾਸ ਕਰਕੇ ਪਿੰਡਾਂ ਦੇ ਲੋਕਾਂ ਦੇ ਅਜੇ ਤੱਕ ਪਾਸਪੋਰਟ ਨਹੀਂ ਬਣੇ ਹੋਏ ਵੈਸੇ ਤਾਂ ਸਾਡੇ ਪਾਸਪੋਰਟ ਕੇਂਦਰ ਵਾਲਿਆਂ ਨੇ ਬਾਕਾਇਦਾ ਉੱਥੇ ਇੱਕ ਸੈਂਟਰ ਵੀ ਖੋਲਿਆ ਹੋਇਆ ਜਿਹਦੇ ਵਿੱਚ ਉਹ ਲਗਾਤਾਰ ਜਿਹੜੇ ਹੈਗਾ ਪਾਸਪੋਰਟ ਸਕਦਾ ਲੋਕਾਂ ਨੂੰ ਅਜੇ ਜਾਣਕਾਰੀ ਨਹੀਂ ਹੈਗੀ ਸੋ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਹੈਗੇ ਲੋਕਾਂ ਨੂੰ ਪੂਰੀ ਜਾਣਕਾਰੀ ਲੈ ਕੇ ਹੀ ਜਿਹੜਾ ਹੈਗਾ ਉਹ ਸਾਨੂੰ ਬਾਬਾ ਜੀ ਦੇ ਦਰਬਾਰ ਸਾਹਿਬ ਦਰਸ਼ਨ ਕਰਨੇ ਚਾਹੀਦੇ ਜੀ ਸ਼ਾਇਦ ਇਸ ਦੇ ਨਾਲ ਇੱਕ ਕੱਲ ਜਿਹੜੀ ਖਬਰ ਪੜ੍ਹੀ ਸੀ ਉਸ ਦੇ ਵਿੱਚ ਵੀ ਆਇਆ ਕਿ ਜਿਹੜੀ ਕਰੰਸੀ ਹੈ ਡਾਲਰ ਦੇ ਵਿੱਚ ਫੀਸ ਤਬਦੀਲ ਕਰਕੇ ਲੈ ਕੇ ਜਾਣੀ ਤੇ ਭਾਰਤ ਵਾਲੇ ਪਾਸੇ ਤੋਂ ਹੀ ਲੈ ਕੇ ਜਾਵੇ ਲੈ ਕੇ ਜਾਈ ਜਾਵੇ ਇਸ ਤਰ੍ਹਾਂ ਦੀਆਂ ਵੀ ਖਬਰਾਂ ਆਈਆਂ ਨੇ ਨਹੀਂ ਉੱਥੇ ਜਿਹੜਾ ਟਰਮੀਨਲ ਦੇ ਉੱਪਰ ਜਿਹੜਾ ਹੈਗਾ ਜੇ ਤੁਸੀਂ 11000 ਰੁਪਏ ਤੱਕ ਇਹਨਾਂ ਨੇ ਅਮਾਉਂਟ ਰੱਖਿਆ ਹੈਗਾ 11000 ਰੁਪਏ ਤੱਕ ਤੁਸੀਂ ਇੰਡੀਅਨ ਕਰੰਸੀ ਜਿਹੜੀ ਹੈਗੇ ਨਾਲ ਲੈ ਕੇ ਜਾ ਸਕਦੇ ਹੋ ਉ ਜੀ ਕਿਉਂਕਿ ਬਾਕੀ ਉਹਦਾ ਜਿਹੜੀ 20 ਡਾਲਰ ਹੈਗੀ ਆ ਉਹ ਆਪਣੇ ਆਪ ਹੀ 1440 ਜਾਂ ਜਿੰਨੇ ਵੀ ਬੰਦੇ ਆ ਉਹ ਕੱਟ ਲੈਂਦੇ ਆ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਤੇ ਲੋੜ ਤਾਂ ਇਹੀ ਆ ਵੀ ਤੁਹਾਨੂੰ ਪੁਖਤਾ ਜਾਣਕਾਰੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਪੁਖਤਾ ਜਾਣਕਾਰੀ ਤੋਂ ਬਗੈਰ ਵੀ ਸਾਨੂੰ ਕਈ ਵਾਰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਜੀ ਬਿਲਕੁਲ ਕਿਉਂਕਿ ਜਾਣਕਾਰੀ ਜੇ ਸਹੀ ਢੰਗ ਦੇ ਨਾਲ ਹੋਵੇ ਤੇ ਉਸ ਦੇ ਨਾਲ ਜਿਹੜੇ ੜਿਕੇ ਜਾਂ ਫਿਰ ਕਹਿ ਲੋ ਕਿ ਖੱਜਲ ਖੁਆਰੀ ਦਾ ਇਹ ਕੰਮ ਜਿਹੜਾ ਮੁੱਕ ਜਾਂਦਾ ਹੈ ਤੇ ਕਰਤਾਰਪੁਰ ਲੰਗਰ ਦੀ ਗੱਲ ਕਰਨ ਤੋਂ ਬਾਅਦ ਹੁਣ ਗੱਲ ਕਰਦੇ ਆ ਸੁਲਤਾਨਪੁਰ ਲੋਧੀ ਦੀ ਜਿਹੜਾ ਕੱਲ ਸੁਲਤਾਨਪੁਰ ਲੋਧੀ ਸੀ ਉਹ ਬਾਬੇ ਨਾਨਕ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਜਿਸ ਤਰ੍ਹਾਂ ਖੂਬਸੂਰਤ ਤਰੀਕੇ ਦੇ ਨਾਲ ਉੱਥੇ ਵੱਖ-ਵੱਖ ਤਰ੍ਹਾਂ ਦੇ ਸਮਾਗਮ ਹੋਏ ਨੇ ਦੋ ਸਟੇਜਾਂ ਲੱਗੀਆਂ ਸੀ ਉਸ ਦੇ ਉੱਪਰ ਕੱਲ ਜਿਹੜੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਹ ਦੋਨੋਂ ਸਟੇਜਾਂ ਦੇ ਉੱਪਰ ਗਏ ਨੇ ਤੇ ਉੱਥੇ ਉਹਨਾਂ ਨੇ ਜਾ ਕੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਦੇ ਉੱਪਰ ਚੱਲਣ ਦਾ ਉਪਦੇਸ਼ ਦਿੱਤਾ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਨਣਾ ਚਾਹੁੰਦੇ ਆ ਕਿ ਜੋ ਨਾਲ ਵੱਲੋਂ ਕੱਲ ਭਾਸ਼ਣ ਦਿੱਤਾ ਗਿਆ ਜਿਸ ਤਰ੍ਹਾਂ ਦੇ ਸਮਾਗਮ ਹੋਏ ਨੇ ਉਸ ਦੇ ਉੱਪਰ ਤੁਹਾਡੇ ਕੀ ਵਿਚਾਰ ਨੇ ਦੇਖੋ ਸਾਡੇ ਰਾਸ਼ਟਰਪਤੀ ਰਾਮਲਾਹਤ ਕੋਵਿੰਦ ਹੋਰਾ ਨੇ ਜਿਹੜਾ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਆਪਣਾ ਭਾਸ਼ਣ ਦਿੱਤਾ ਉਹ ਬਾਬਾ ਜੀ ਦੀਆਂ ਸਿਖਾਵਾਂ ਨੂੰ ਅਮਲੀ ਰੂਪ ਦੇ ਵਿੱਚ ਲਾਗੂ ਕਰਨ ਬਾਰੇ ਉਹਨਾਂ ਨੇ ਲੋਕਾਂ ਨੂੰ ਪ੍ਰੇਰਿਆ ਉਹਨਾਂ ਨੇ ਕਿਹਾ ਵੀ ਬਾਬਾ ਨਾਨਕ ਜੀ ਨੇ ਅੱਜ ਤੋਂ ਕਿੰਨੇ ਸੂ ਸਾਲ ਪਹਿਲਾਂ ਜਿਹੜਾ ਹੈਗਾ ਉਹ ਬਰਾਬਰੀ ਦਾ ਸੰਦੇਸ਼ ਦਿੱਤਾ ਜਾਤ ਪਾਤ ਖਤਮ ਕੀਤੀ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਤੇ ਉਹ ਮਤਲਬ ਕਿ ਅੱਜ ਵੀ ਉਹਨਾਂ ਦੀ ਜਿਹੜੀਆਂ ਸਿਖਾਵਾਂ ਨੇ ਸਾਰਥਿਕ ਨੇ ਤੇ ਉਹਨਾਂ ਨੇ ਲੋਕਾਂ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਦਾ ਸਨੇਹਾ ਦਿੱਤਾ ਕਿਉਂਕਿ ਕੱਲ ਜਿਹੜਾ ਹੈਗਾ ਸਾਰਾ ਦੇਸ਼ ਬਦਈ ਦੇਸ਼ ਕੱਲਾ ਸੁਲਤਾਨਪੁਰ ਲੋਧੀ ਨਹੀਂ ਜਾਂ ਪੰਜਾਬ ਨਹੀਂ ਜਾਂ ਪੰਜਾਬ ਲੈਂਦਾ ਜਾਂ ਚੜਦਾ ਨਹੀਂ ਸਾਰਾ ਦੇਸ਼ ਵਿਦੇਸ਼ੀ ਨਾਨਕ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਸੀ ਅਸੀਂ ਦੇਖਿਆ ਸਾਰੇ ਕਿਤੇ ਗੁਰਦੁਆਰਿਆਂ ਦੇ ਵਿੱਚ ਸਾਰੇ ਇੱਥੋਂ ਤੱਕ ਕਿ ਸਾਰੀਆਂ ਅੰਬੈਸੀਆਂ ਦੇ ਵਿੱਚ ਜਿਹੜਾ ਹੈਗਾ ਨਾਨਕ ਜੀ ਦਾ ਜਨਮ ਦਿਨ ਜਿਹੜਾ ਹੈਗਾ ਬਹੁਤ ਧੂਮ-ਤਾਮ ਸ਼ਰਧਾ ਦੇ ਨਾਲ ਮਨਾਇਆ ਗਿਆ ਪਰ ਰਾਸ਼ਪਤੀ ਕੋਵਿੰਦੋ ਉਹਨਾਂ ਦਾ ਜਿਹੜਾ ਇਹ ਕਹਿਣਾ ਹੈਗਾ ਵੀ ਸਾਨੂੰ ਹੁਣ ਵੀ ਜਿਹੜੀ ਹੈਗੇ ਉਹਨਾਂ ਦੀਆਂ ਸਾਰਥਕ ਜਿਹੜੀਆਂ ਸਿੱਖਾਵਾਂ ਨੇ ਉਹ ਆਪਣੇ ਅੰਦਰ ਲਾਉਣ ਦੀ ਲੋੜ ਆ ਕਿਉਂਕਿ ਜਿੰਨੀ ਦੇਰ ਅਸੀਂ ਸਿੱਖਾ ਮਨ ਨੂੰ ਅਸੀਂ ਦੇਖੋ ਬਹੁਤ ਸਾਰੀਆਂ ਸਿਖਾਵਾਂ ਜਿਹੜੀਆਂ ਨੇ ਬਾਬੇ ਨਾਨਕ ਦੀਆਂ ਉਹ ਅੱਜ ਵੀ ਮਤਲਬ ਕਿ ਜਿਹੜਾ ਹੈਗਾ ਸਾਰੇ ਸੰਸਾਰ ਦੇ ਵਿੱਚ ਸ਼ਾਂਤੀ ਦਾ ਪੈਗਾਮ ਦਿੰਦੀਆਂ ਨੇ ਸਾਂਝੀ ਵਾਲਤਾ ਦਾ ਪੈਗਾਮ ਦਿੰਦੀਆਂ ਨੇ ਬਰਾਬਰੀ ਦਾ ਸਨੇਹਾ ਦਿੰਦੀਆਂ ਨੇ ਜਾਤ ਪਾਤ ਉਹਨਾਂ ਨੇ ਅੱਜ ਤੋਂ ਜੇ ਆਪਾਂ ਔਰਤਾਂ ਦੇ ਸਨਮਾਨ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਕਿੰਨੇ 100 ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਜਿਹੜਾ ਸੋ ਕਿਉ ਮੰਦਾ ਆਖੀਏ ਜਿਸ ਜਮੇ ਰਾਜਾਂ ਸੋ ਇਹ ਅੱਜ ਵੀ ਅਸੀਂ ਕਈ ਨਾ ਕਈ ਥਾਵਾਂ ਤੇ ਅੱਜ ਵੀ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਫਿਰਕੇ ਨੇ ਜਿਹੜੇ ਇਹਨਾਂ ਸਿਖਾਵਾਂ ਤੋਂ ਦੂਰ ਨੇ ਸੋ ਰਾਸ਼ਟਰੀ ਗੁਰੂ ਗ੍ਰੰਥ ਦਾ ਜਿਹੜਾ ਸੰਦੇਸ਼ ਦਿੱਤਾ ਉਹ ਬਹੁਤ ਹੀ ਜਿਹੜਾ ਹੈਗਾ ਠੁਕਮਾ ਸੀ ਤੇ ਸਾਨੂੰ ਆਪਣੇ ਅੰਦਰ ਬਾਬਾ ਨਾਨਕ ਦੀਆਂ ਸਿਖਾਵਾਂ ਜਿਹੜੀਆਂ ਹੈਗੀਆਂ ਉਹ ਸਮੋਣੀਆਂ ਚਾਹੀਦੀਆਂ ਨੇ ਜੀ ਬਿਲਕੁਲ ਕਿਉਂਕਿ ਲੋੜ ਹੈ ਹੁਣ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਮਾਰਗ ਦੇ ਉੱਪਰ ਚੱਲਣ ਦੀ ਤਾਂ ਹੀ ਜਿਹੜਾ ਜੀਵਨ ਸਾਡਾ ਸਫਲਾ ਹੋ ਸਕਦਾ ਹੈ ਤੇ ਇਸ ਦੇ ਨਾਲ ਹੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਕੀ ਗੁਰਤਾਮ ਜਿਹੜੇ ਖੋਲਣ ਦੀ ਉਹ ਵੀ ਗੱਲ ਕਹੀ ਗਈ ਹੈ ਇਸ ਦੇ ਨਾਲ ਹੀ ਜੋ 550 ਕੈਦੀ ਨੇ ਉਹਨਾਂ ਦੀ ਅਗਾਓ ਜੋ ਸਜ਼ਾ ਹੈ ਉਸ ਨੂੰ ਖਤਮ ਕਰਨ ਦੀ ਵੀ ਗੱਲ ਮੁਆਫ ਕਰਨ ਦੀ ਵੀ ਗੱਲ ਕਹੀ ਗਈ ਇਸ ਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਜੋ ਖਬਰ ਆਈ ਹੈ ਸਾਹਮਣੇ ਦੇਖੋ ਕੈਪਟਨ ਮਰਿੰਦਰ ਸਿੰਘ ਉਹਨਾਂ ਨੇ ਜਿਹੜੇ ਹੈਗੇ ਬਹੁਤ ਹੀ ਸੰਜੀਦੇ ਜਿਹੜੇ ਹੈਗੇ ਪ੍ਰਬੰਧ ਕੀਤੇ ਸੀ ਸੁਲਤਾਨਪੁਰ ਲੋਧੀ ਦੇ ਵਿੱਚ ਜਿਹਨੂੰ ਅਸੀਂ ਇੱਕ ਸਫਲ ਪ੍ਰੋਗਰਾਮ ਵਜੋਂ ਦੇਖ ਰਹੇ ਹਾਂ ਕਿਉਂਕਿ ਜਿੰਨੇ ਉਹਨਾਂ ਨੇ ਦੇਖੋ ਉਹਨਾਂ ਨੇ 400 ਤਾਂ ਬਸਾਂ ਹੀ ਲਗਾ ਦਿੱਤੀਆਂ ਸੀ ਪੀ ਆਰਟੀਸੀ ਦੇ ਪੈਪਸ ਰੋਡ ਵੇਜ ਦੀਆਂ ਜਿਹੜੀਆਂ ਲੋਕਾਂ ਨੂੰ ਆਪਣੇ ਆਪਣੇ ਸਪਿੰਡਾਂ ਦੇ ਵਿੱਚੋਂ ਜਿਹੜੀਆਂ ਸੁਲਤਾਨਪੁਰ ਲੈ ਕੇ ਗਈਆਂ ਉਹਨਾਂ ਦੇ ਪ੍ਰਬੰਧ ਬਹੁਤ ਵਧੀਆ ਸੀ ਪਰ ਪਹਿਲਾਂ ਉਹਨਾਂ ਦਾ ਇੱਕ ਇਸ ਤਰ੍ਹਾਂ ਦਾ ਬਿਆਨ ਵੀ ਆਇਆ ਜਦੋਂ ਉਹਨਾਂ ਨੇ ਅਕਸਰ ਦੇ ਉੱਪਰ ਸ਼ੱਕ ਵੀ ਕੀਤਾ ਪਰ ਜਦੋਂ ਲੋਕਾਂ ਦਾ ਬਹੁਤ ਜ਼ਿਆਦਾ ਵਿਰੋਧ ਜਿਹੜਾ ਹੈਗਾ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਦੇਖਣ ਨੂੰ ਮਿਲਿਆ ਤਾਂ ਕੱਲ ਉਹਨਾਂ ਨੇ ਕਿਹਾ ਵੀ ਅਸੀਂ ਮੈਂ ਜਿਹੜਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਾਂਗਾ ਕਿ ਉਹ ਸਾਡੇ ਜਿਹੜੇ ਪਾਕਿਸਤਾਨ ਦੇ ਵਿੱਚ ਹੋਰ ਵੀ ਸਾਡੇ ਸਾਨੂੰ ਪਤਾ ਹੈਗਾ 170 ਦੇ ਕਰੀਬ ਗੁਰਦੁਆਰੇ ਨੇ ਪਾਕਿਸਤਾਨ ਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਜਿਹੜੇ ਮਸ਼ਹੂਰ ਗੁਰਦੁਆਰੇ ਨੇ ਜਿਵੇਂ ਆਪਾਂ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਈਏ ਪੰਜਾਬ ਸਾਹਿਬ ਦੀ ਗੱਲ ਕਰ ਲਈਏ ਜਾਂ ਹੋਰ ਕੋਈ ਗੁਰਦੁਆਰਿਆਂ ਦੀ ਗੱਲ ਕਰ ਲਈਏ ਵੀ ਉਹ ਵੀ ਮੈਂ ਨਰਿੰਦਰ ਮੋਦੀ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਵੀ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਨਾਲ ਇਮਰਾਨ ਖਾਨ ਦੇ ਨਾਲ ਗੱਲਬਾਤ ਕਰਨ ਤੇ ਉਹ ਵੀ ਲੋਕਾਂ ਨੂੰ ਜਿਹੜੇ ਹੈਗਾ ਦਰਸ਼ਨ دیدار ਜਿਹੜੇ ਹੈਗਾ ਉਹ ਖੁੱਲੇ ਰੂਪ ਦੇ ਵਿੱਚ ਹੋਣ ਜਿਵੇਂ ਕਰਤਾ ਪਰ ਲੰਗੇ ਦੇ ਹੋਣ ਲੱਗੇ ਨੇ ਸੋ ਇਹ ਇੱਕ ਬਹੁਤ ਹੀ ਜਿਹੜਾ ਹੈਗਾ ਪੋਜ਼ਿਟਿਵ ਜਿਹੜਾ ਹੈਗਾ ਇੱਕ ਸਟੈਪ ਆ ਇਸ ਤੋਂ ਪਹਿਲਾਂ ਜਿਹੜੇ ਹੈਗਾ ਸਾਡੇ ਯੂਪੀ ਦੇ ਮੁੱਖ ਮੰਤਰੀ ਉਹਨਾਂ ਨੇ ਵੀ ਕੱਲ ਜਿਹੜਾ ਹੈਗਾ ਇੱਕ ਡੀਵੀ ਕਾਲਜ ਦੇ ਵਿੱਚ ਗੁਰਨਾਨਕ ਸਾਹਿਬ ਦਾ ਜਦੋਂ ਜਨਮ ਦਿਨ ਮਨਾ ਰਹੇ ਸੀ ਉੱਥੇ ਵੀ ਉਹਨਾਂ ਨੇ ਇਹੀ ਗੱਲ ਕੀਤੀ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਵਿੱਚ ਹੋਰ ਸਾਡੇ ਗੁਰਦੁਆਰੇ ਜਿਹੜੇ ਸਤੋ ਬਿਛੋੜੇ ਗਏ ਨੇ ਜਿਨ੍ਹਾਂ ਨੂੰ ਸਾਨੂੰ ਦਰਸ਼ਨ ਦੀ ਇਹ ਇਜਾਜ਼ਤ ਨਹੀਂ ਦਿੱਤੇ ਉਹ ਵੀ ਤੁਸੀਂ ਦੇਖੋਗੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੈਗਾ ਸਾਨੂੰ ਖੁੱਲੇ ਦਰਸ਼ਨ ਦੇਦਾਰ ਉੱਥੇ ਹੋਣਗੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਕਾਰਵਾਈਆਂ ਨੇ ਉਹ ਵਾਕਈ ਜਾਨੀ ਬਹੁਤ ਹੀ ਪ੍ਰਸ਼ੰਸਾਯੋਗ ਨੇ ਜੇ ਸੇਖਾ ਨੂੰ ਸਿੱਖ ਕੌਮ ਨੂੰ ਜਾਂ ਇਸ ਤਰ੍ਹਾਂ ਦੇ ਦਰਸ਼ਣ ਦੇਦਾਰ ਦੀ ਜਿਹੜੀ ਹੈਗੀ ਖੁੱਲ ਮਿਲ ਜਾਂਦੀ ਹੈ ਸਾਰੇ ਗੁਰਦੁਆਰਿਆਂ ਦੇ ਵਿੱਚ ਤਾਂ ਇਹ ਇੱਕ ਬਹੁਤ ਵੱਡਾ ਪ੍ਰਸ਼ੰਸਾਯੋਗ ਤੇ ਸਾਰਥਕ ਕਦਮ ਹੋਏਗਾ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਜੋ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦਾ ਬਹੁਤ ਵੱਡਾ ਹੱਥ ਹੈ ਕਰਤਾਰਪੁਰ ਲਾਂਗਾ ਖੋਲਣ ਵਾਸਤੇ ਖਲੌਣ ਵਾਸਤੇ ਕਿਉਂਕਿ ਕਰਤਾਰਪੁਰ ਲਾਂਗੇ ਦੇ ਹੀਰੋ ਉਹਨਾਂ ਨੂੰ ਦੱਸਿਆ ਜਾ ਰਿਹਾ ਤੇ ਕੱਲ ਜੋ ਸੁਲਤਾਨਪੁਰ ਲੋਧੀ ਦੇ ਵਿੱਚ ਸਮਾਗਮ ਹੋਏ ਨੇ ਜੋ ਸਟੇਜ ਦੇ ਉੱਪਰ ਨਵਜੋਤ ਸਿੰਘ ਸਿੱਧੂ ਨਜ਼ਰ ਨਹੀਂ ਆਈ ਦੇਖੋ ਇਹ ਨਮਜੋਤ ਸਿੱਧੂ ਉਹਨਾਂ ਦੀ ਆਪਣੀ ਜਿਹੜੀ ਹੈਗੀ ਐ ਇਸ ਤਰ੍ਹਾਂ ਦੀ ਕੋਈ ਵਿਚਾਰਤਾਰਾ ਹੋ ਸਕਦੀ ਆ ਕਿਉਂਕਿ ਉਹ ਸਾਨੂੰ ਪਤਾ ਹੈ ਵੀ ਕਾਫੀ ਧੀਰ ਤੋਂ ਉਹਨਾਂ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਆ ਜੀ ਕੱਲ ਉਹਨਾਂ ਦੇ ਜਿਹੜੇ ਹੈਗੇ ਪ੍ਰਸ਼ੰਸਕ ਕਿਉਂਕਿ ਜਦੋਂ ਉਹ ਕਰਤਾਰਪੁਰ ਸਾਹਿਬ ਤੋਂ ਵਾਪਸ ਆਏ ਸੀ ਤਾਂ ਉਹਨਾਂ ਦਾ ਬਹੁਤ ਵੱਡੇ ਜੋਸ਼ੇ ਗਰੋਸ਼ ਨਾਲ ਜਿਹੜਾ ਹੈਗਾ ਸਨਮਾਨ ਕੀਤਾ ਗਿਆ ਉਹਨਾਂ ਦੇ ਜਿਹੜੇ ਹੈਗੇ ਪ੍ਰਸ਼ੰਸਕਾਂ ਵੱਲੋਂ ਤੇ ਕੱਲ ਵੀ ਉਹਨਾਂ ਨੇ ਵੀਰਕਾ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਜਿਹੜਾ ਸ਼ੁਰੂ ਕਰਾਇਆ ਸੀ ਉਹਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਤੇ 550 ਕਿਲੋ ਫੁੱਲਾਂ ਦਾ ਜਿਹੜਾ ਹੈਗਾ ਆਰ <coughs> ਉਹਨਾਂ ਨੇ ਬਣਾਇਆ ਸੀ ਸੋ ਇਸ ਕਰਕੇ ਜਿਹੜਾ ਹੈਗਾ ਉਹ ਆਪਣਾ ਉਹਨਾਂ ਨੇ ਆਪਣੀ ਹਲਕੇ ਦੇ ਲੋਕਾਂ ਦੇ ਨਾਲ ਜਿਹੜਾ ਹੈਗਾ ਗੁਰਨਾਨਦ ਸਾਹਿਬ ਦਾ ਜਨਮ ਦਿਨ ਮਨਾਇਆ ਤੇ ਉਹਨਾਂ ਨੇ ਵੀ ਉੱਥੇ ਲੋਕਾਂ ਨੂੰ ਜਿਹੜੀ ਹੈਗੀ ਹੈ ਗੁਰਨਾਨਦ ਸਾਹਿਬ ਦੇ ਮਾਰਗ ਦੇ ਉੱਪਰ ਗੁਰਨਾਨਦ ਸਾਹਿਬ ਦੀਆਂ ਸਿੱਖਾਵਾਂ ਦੇ ਉੱਪਰ ਲੋਕਾਂ ਨੂੰ ਅਮਲ ਕਰਨ ਦੀ ਜਿਹੜੀ ਆ ਅਪੀਲ ਕੀਤੀ ਸੋ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਮਨਾਇਆ ਠੀਕ ਆ ਉਹ ਜਿਹੜਾ ਹੈਗਾ ਉਹ ਜਿਹੜੀਆਂ ਸਰਕਾਰੀ ਸਟੇਜਾਂ ਤੋਂ ਉਹ ਦੂਰ ਰਹੇ ਤੇ ਪਰ ਉਹਨਾਂ ਨੇ ਗੁਰਨਾਨਦ ਸਾਹਿਬ ਪ੍ਰਤੀ ਜਿਹੜੀ ਹੈਗੇ ਸਾਨੂੰ ਸ਼ਰਧਾ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਅੱਜ ਜਿਹੜਾ ਹੈਗਾ ਜਿੰਨਾ ਵੀ ਲੋਕ ਨੇ ਜਿਨ੍ਹਾਂ ਦੇ ਉਹਨਾਂ ਦੇ ਚੋਂ 90 9 ਜਿਹੜੇ ਲੋਕ ਨੇ ਉਹ ਨਵਜੋਤ ਸਿੱਧੂ ਨੂੰ ਹੀ ਇਹ ਲਾਂਗੇ ਦਾ ਜਿਹੜਾ ਹੈਗਾ ਉਹ ਸਿਰਾ ਬਣ ਰਹੇ ਨੇ ਉਹਨਾਂ ਦੇ ਉਨ ਲੱਗਦਾ ਵੀ ਜਿਹੜਾ ਸਿੱਧੂ ਜੇ ਉਹ ইমরান ਖਾਨ ਦੇ ਤਾਜਪੋਸ਼ੀ ਵੇਲੇ ਨਾ ਜਾਂਦੇ ਤਾਂ ਇਹ ਉਹ ਸੰਭਵ ਅੱਜ ਨਹੀਂ ਹੋਣਾ ਸੀ ਸੋ ਲੋਕਾਂ ਦੀਆਂ ਅਰਦਾਸਾਂ ਜਿਹੜੀਆਂ 70 ਸਾਲ ਜਾਂ 72 ਸਾਲ ਤੋਂ ਕਰ ਰਹੇ ਨੇ ਉਹ ਤੇ ਸਿੱਧੂ ਨੂੰ ਲੋਕਾਂ ਨੇ ਸਭ ਤੋਂ ਜ਼ਿਆਦਾ ਪਹਿਲ ਦਿੱਤੀ ਆ ਜੀ ਬਿਲਕੁਲ ਤੇ ਹੁਣ ਪੰਜਾਬ ਤੋਂ ਬਾਹਰਲੀ ਜਿਹੜੇ ਸੂਬੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਦੀ ਗੱਲ ਕਰਨਾ ਚਾਹੂਗੀ ਮਹਾਰਾਸ਼ਟਰ ਦੇ ਵਿੱਚ ਲਗਾਤਾਰ ਜਿਹੜਾ ਚੱਲ ਰਹੀਆਂ ਸੀ ਖਬਰਾਂ ਆ ਰਹੀਆਂ ਸੀ ਕਿ ਸਰਕਾਰ ਬਣਾਉਣ ਦਾ ਦਾਵਾ ਵੱਖ-ਵੱਖ ਪਾਰਟੀਆਂ ਨੂੰ ਪੇਸ਼ ਕੀਤਾ ਜੋ ਸੱਦਾ ਦਿੱਤਾ ਜਾ ਰਿਹਾ ਸੀ ਸ਼ਿਵ ਸੇਨਾ ਨੂੰ ਵੀ ਸੱਦਾ ਦਿੱਤਾ ਗਿਆ ਉਹਨਾਂ ਨੇ 2 ਦਿਨ ਦਾ ਸਮਾਂ ਮੰਗਿਆ 2 ਦਿਨ ਦਾ ਸਮਾਂ ਨਹੀਂ ਮਿਲਿਆ ਉਸ ਤੋਂ ਬਾਅਦ ਹੁਣ ਰਾਸ਼ਟਰਪਤੀ ਸ਼ਾਸਨ ਉੱਥੇ ਲਾਗੂ ਕਰ ਦਿੱਤਾ ਗਿਆ ਮਹਾਰਾਸ਼ਟਰ ਦੇ ਵਿੱਚ ਇਹ ਜੋ ਹੁਣ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਹੈ ਕਿ ਇਸ ਦੇ ਪ੍ਰਭਾਵ ਪੈ ਸਕਦੇ ਨੇ ਜਾਂ ਕੀ ਹੋਰ ਦਿੱਲੀ ਆ ਸਕਦੀ ਹੈ ਇਸ ਵਿੱਚ 인ਦਰਪ੍ਰੀਤ ਇਹ ਜਿਵੇਂ ਸਾਨੂੰ ਪਤਾ ਆ ਬੀ 24 ਤਰੀਕ ਨੂੰ ਜਿਹੜੇ ਹੈਗੇ ਆ ਦੋ ਸਟੇਟਾਂ ਦੇ ਰਿਜ਼ਲਟ ਆਏ ਸੀ ਇੱਕ ਹਰਿਆਣਾ ਤੇ ਇੱਕ ਮਹਾਰਾਸ਼ਟਰ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਬੀਜੇਪੀ ਨੂੰ ਬਹੁਤ ਮਤ ਨਹੀਂ ਮਿਲਿਆ ਉਹਨਾਂ ਨੇ ਉੱਥੋਂ ਦੀ ਜਨ ਆਇਕ ਪਾਰਟੀ ਦੇ ਨਾਲ ਸਮਝੌਤਾ ਕਰਕੇ ਫਟਾਫਟ ਜਿਹੜੀ ਹੈ ਸਰਕਾਰ ਬਣਾਉਣ ਦੀ ਕੋਸ਼ਿਸ਼ ਕਾਰਲੀ ਤੇ ਉਹਨਾਂ ਨੇ ਫਟਾਫਟ ਜਿਹੜਾ ਹੈਗਾ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਸੌ ਚੁਕਲੀ ਹਜੇ ਉਹਨਾਂ ਨੇ ਆਪਣੇ ਮੰਤਰੀ ਮੰਡਲ ਦਾ ਹਜੇ ਤੱਕ ਵਿਸਤਾਰ ਨਹੀਂ ਕੀਤਾ ਸੋ ਇੱਕ ਪਾਸੇ ਉਹ ਵਿਲੇ ਹੋ ਗਏ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੀ ਪਾਰਟੀ ਜਿਹੜੀ ਆ ਸਾਨੂੰ ਪਤਾ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨਾਂ ਨੇ ਸ਼ਿਵ ਸੈਨਾ ਨਾਲ ਚੋਣਾਂ ਤੋਂ ਪਹਿਲਾਂ ਹੀ ਗੱਠ ਜੋੜ ਕੀਤਾ ਸੀ ਪਰ ਜਿਹੜੀ ਸ਼ਿਵ ਸੈਨਾ ਆ ਉਹ ਕਹਿੰਦੀ ਵੀ ਅਸੀਂ ਜਿਹੜੇ ਹੈਗਾ ਸਾਡੇ ਗ੍ਰਹਿ ਮੰਤਰੀ ਜਾਂ ਬੀਜੇਪੀ ਦੇ ਪ੍ਰਧਾਨ ਜਿਹੜੇ ਅਮਿਤ ਸ਼ਾਹ ਨੇ ਤੇ ਉਹਨਾਂ ਦੇ ਨਾਲ ਸਾਡੀ ਗੱਲ ਹੋਈ ਸੀ ਵੀ ਢਾਈ ਢਾਈ ਸਾਲ ਅਸੀਂ ਮੁੱਖ ਮੰਤਰੀ ਦਾ ਉਹਦਾ ਸੰਭਾਲਾਂਗੇ ਕਿਉਂਕਿ 2014 ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਚੱਲੀਆਂ ਸੀ 2014 ਦੇ ਵਿੱਚ ਭਾਜਪਾ ਨੂੰ ਜਿਹੜੀਆਂ ਨੇ ਉਹ 122 ਸੀਟਾਂ ਮਿਲੀਆਂ ਸੀ ਤੇ ਇਸ ਵਾਰ ਘਟ ਕੇ ਉਹਨਾਂ ਦੀਆਂ ਸੀਟਾਂ ਜਿਹੜੀਆਂ ਨੇ ਉਹ 100 5 ਰਹਿ ਗਈਆਂ ਸੋ ਇਹਦੇ ਵਿੱਚ ਜਿਹੜੀ ਹੈਗੀ ਸਭ ਤੋਂ ਵੱਡੀ ਪਾਰਟੀ ਵੱਜੋਂ ਉੱਪਰ ਕੇ ਜਿਹੜੀ ਭਾਜਪਾ ਆਈ ਤੇ ਦੂਸਰੇ ਨੰਬਰ ਤੇ ਸ਼ਿਵ ਸੈਨਾ 56 ਸੀਟਾਂ ਦੇ ਨਾਲ ਤੀਸਰੇ ਨੰਬਰ ਤੇ ਐਮਸੀਪੀ ਆਈ ਨੈਸ਼ਨਲ ਕਾਂਗਰਸ ਪਾਰਟੀ ਤੇ ਚੌਥੇ ਨੰਬਰ ਤੇ ਸਾਡੀ ਕਾਂਗਰਸ ਪਾਰਟੀ 44 ਸੀਟਾਂ ਦੇ ਨਾਲ ਸੋ ਇਹ ਪਹਿਲਾਂ ਤਾਂ ਇਹ ਸਾਨੂੰ ਪਤਾ ਹੈਗਾ ਵੀ ਪੂਰੇ 20 ਦਿਨਾਂ ਤੋਂ ਬਾਅਦ ਵੀ ਜਿਹੜਾ ਹੈਗਾ 9 ਨਵੰਬਰ ਨੂੰ ਜਿਹੜੀ ਹੈਗੀ ਹੈ ਮਹਾਰਾਸ਼ਟਰ ਦੀ ਵਿਧਾਨ ਸਭਾ ਦਾ ਜਿਹੜਾ ਸਮਾਂ ਜਿਹੜਾ ਹੈਗਾ ਖਤਮ ਹੋ ਗਿਆ ਸੀ ਸੋ ਇਹਨਾਂ ਨੇ ਸਭ ਤੋਂ ਪਹਿਲਾਂ ਭਾਜਪਾ ਨੂੰ ਕਿਹਾ ਵੀ ਤੁਸੀਂ ਸਰਕਾਰ ਬਣਾਓ ਭਾਜਪਾ ਨੇ ਦੇਖਿਆ ਆਪਣੀਆਂ ਗਿਣਤੀਆਂ ਬਿੰਤੀਆਂ ਕਰਕੇ ਵੀ ਸਾਨੂੰ ਨਾ ਤਾਂ ਕਾਂਗਰਸ ਨੇ ਸਹਿਯੋਗ ਦੇਣਾ ਨਾ ਨੋ ਸ਼ਿਵ ਸੈਨਾ ਦੇ ਨਾਲ ਨਾ ਹੀ ਉਹ ਆਜ਼ਾਦ ਦਾ ਨਾਲ ਵੀ ਇੰਨੀ ਉਹਨਾਂ ਦੀ ਸਰਕਾਰ ਨਹੀਂ ਬਣ ਸਕਦੀ। ਸੋ ਉਹਨਾਂ ਨੇ ਜਿਹੜਾ ਹੈਗਾ ਸਰਕਾਰ ਬਣਾਉਣ ਤੋਂ ਨਾ ਕਰ ਦਿੱਤੀ। ਸੋ ਦੂਸਰੇ ਨੰਬਰ ਦੇ ਉੱਪਰ ਉਹਨਾਂ ਨੇ ਸ਼ਿਵ ਸੈਨਾ ਨੂੰ ਮੌਕਾ ਦਿੱਤਾ। ਸ਼ਿਵ ਸੈਨਾ ਨੂੰ ਜਦੋਂ ਮੌਕਾ ਦਿੱਤਾ ਤਾਂ ਉਹਨਾਂ ਨੂੰ ਕੋਈ ਟਾਈਮ ਜਿਹੜਾ ਹੈਗਾ ਘੱਟ ਦਿੱਤਾ ਗਿਆ ਤੇ ਐਨਸੀਪੀ ਤੇ ਕਾਂਗਰਸ ਵੀ ਮਿਲ ਗਿਆ ਜੇ ਸ਼ਿਵ ਸੈਨਾ ਨੂੰ ਆਪਣਾ ਜਿਹੜਾ ਸਮਰਥਨ ਨਹੀਂ ਦੀ ਜੁਟਾ ਸਕੀਆਂ ਤੇ ਜਦੋਂ ਉਹਨਾਂ ਨੇ ਤੀਸਰੀ ਵਾਰ ਜਿਹੜਾ ਹੈਗਾ ਐਨਸੀਪੀ ਨੂੰ ਸੱਦਾ ਦਿੱਤਾ ਤੀਸਰੀ ਵੱਡੀ ਪਾਰਟੀ ਸੀ। ਵੀ ਤੁਸੀਂ ਸਰਕਾਰ ਬਣਾਓ ਤੇ ਉਹ ਸਰਕਾਰ ਦਾ ਟਾਈਮ 8 8:30 ਵਜੇ ਦਾ ਟਾਈਮ ਦਿੱਤਾ ਦਿੱਤਾ ਸੀ ਕੱਲ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਰਾਸ਼ਟਪਤੀ ਰਾਜ ਲਾਗੂ ਕਰ ਦਿੱਤਾ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਉਹਨਾਂ ਨੇ ਬ੍ਰਾਜ਼ੀਲ ਜਾਣਾ ਸੀ ਬ੍ਰਿਕਸ ਦੇ ਵਿੱਚ ਸੰਮੇਲਨ ਦੇ ਵਿੱਚ ਸ਼ਾਮਲ ਹੋਣਾ ਸੀ ਤੇ ਉਹਨਾਂ ਨੇ ਕੈਬਨਿਟ ਦੀ ਮੀਟਿੰਗ ਕੀਤੀ ਤੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿਹੜਾ ਮਹਾਰਾਸ਼ਟਰ ਦੇ ਜਿਹੜੇ ਗਵਰਨਰ ਨੇ ਭਗਤ ਸਿੰਘ ਕੁਸ਼ਾਰੀ ਉਹਨਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਫਟਾਫਟ ਜਿਹੜਾ ਹੈਗਾ ਰਾਸ਼ਪਤੀ ਨੇ ਵੀ ਉਹਨਾਂ ਨੂੰ ਮਨਜ਼ੂਰੀ ਦੇ ਕੇ ਮੰਗਲਵਾਰ ਤੋਂ ਹੀ ਉਹਨਾਂ ਨੇ ਕੰਮ ਕਰਨਾ ਜਿਹੜਾ ਹੈ ਸ਼ੁਰੂ ਕਰ ਦਿੱਤਾ ਸੋ ਹੁਣ ਜਿਹੜੀ ਹੈਗੀ ਆ ਹੁਣ ਜਿਹੜੀ ਸ਼ਿਵ ਸੈਨਾ ਆ ਉਹਨੇ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਰੇਟ ਦਾਇਰ ਕੀਤੀ ਆ ਵੀ ਸਾਨੂੰ ਜਿਹੜਾ ਹੈਗਾ ਪੂਰਾ ਸਮਾਂ ਨਹੀਂ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਪਰ ਸੁਪਰੀਮ ਕੋਰਟ ਨੇ ਉਹ ਫਟਾਫਟ ਜਿਹੜੀ ਆ ਉਹਦੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੋ ਹੁਣ ਆਪਣੇ ਸਾਹਮਣੇ ਨਾਲ ਕਰਨਗੇ ਹੁਣ ਉੱਥੇ ਰਾਸ਼ਪਤੀ ਰਾਜ ਲਾਗੂਗਾ ਤੇ ਹੁਣ ਦੇਖੋ ਕੀ ਹੁੰਦਾ ਹੈ ਵੈਸੇ ਐਨਸੀ ਵੀ ਤੇ ਕਾਂਗਰਸ ਪਾਰਟੀ ਤੇ ਜਿਹੜੀ ਹੈਗੀ ਆ ਸਾਡੀ ਸ਼ਿਵ ਸੈਨਾ ਇਹ ਮਿਲ ਕੇ ਜਿਹੜੀ ਹੈਗੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਹੁਣ ਵੀ ਇਹਨਾਂ ਦੀਆਂ ਐਮਰਜੈਂਸੀ ਮੀਟਿੰਗਾਂ ਚੱਲ ਰਹੀਆਂ ਨੇ ਕੱਲ ਸ਼ਿਵ ਸੈਨਾ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਉਹਦੇ ਵਿੱਚ ਵੀ ਭਾਜਪਾ ਦੇ ਉੱਪਰ ਉਹਨਾਂ ਨੇ ਕਾਫੀ ਦੋਸ਼ ਲਾਏ ਵੀ ਇਹ ਸਾਡੇ ਆਪਣੇ ਜਿਹੜੇ ਵਾਦੇ ਨੇ ਉਹਨਾਂ ਦੇ ਉੱਪਰ ਇਹ ਖਰੀ ਨਹੀਂ ਉਤਰੀ ਸੋ ਲੱਗਦਾ ਹੈਗਾ ਕਿਤੇ ਕਿਤੇ ਨਾਲ ਕਿਤੇ ਸ਼ਿਵ ਸੈਨਾ ਨੂੰ ਮੈਨੂੰ ਇਹ ਲੱਗਦਾ ਹੈਗਾ ਵੀ ਜਿਵੇਂ ਅੱਗੇ ਅੱਜ ਤੋਂ 2014 ਤੋਂ ਪਹਿਲਾਂ ਸ਼ਿਵ ਸੈਨਾ ਹਮੇਸ਼ਾ ਹੀ ਇੱਕ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦੀ ਸੀ ਤੇ ਹੌਲੀ ਹੌਲੀ ਉਹਨਾਂ ਦੀਆਂ ਸੀਟਾਂ ਜਿਹੜੀਆਂ ਘਟਦੀਆਂ ਘਟਦੀਆਂ ਬਹੁਤ ਘਟ ਗਈਆਂ ਤੇ ਉਹਨਾਂ ਨੂੰ ਲੱਗਦਾ ਵੀ ਕਿਤੇ ਪੀਡੀਪੀ ਨਾਲੋਂ ਸਾਡੇ ਨਾਲ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਭਾਜਪਾ ਨੇ ਪੀਡੀਪੀ ਨਾਲ ਹੋਇਆ ਵੀ ਕਿਤੇ ਸਾਡੇ ਨਾਲ ਹੋਏ ਨਾ ਹੋਵੇ ਤਾਂ ਉਹਨਾਂ ਨੇ ਸਖਤ ਜਿਹਾ ਸਟੈਂਡ ਜਿਹੜਾ ਹੈਗਾ ਲੈਣਾ ਸ਼ੁਰੂ ਕੀਤਾ ਸੋ ਇਸ ਕਰਕੇ ਜਿਹੜੀ ਇਸ ਟਾਈਮ ਜਿਹੜੀ ਹੈਗੀ ਆ ਉੱਥੇ ਸਥਿਤੀ ਜਿਹੜੀ ਹੈਗੀ ਆ ਹੁਣ ਤਾਂ ਸਾਫ਼ ਹੀ ਹੋ ਗਈ ਜਦੋਂ ਰਾ ਸ਼ਾਸ਼ਨ ਜੀਲਾ ਹੈਗਾ 352 ਆਰਟੀਕਲ 352 ਆਰਟੀਕਲ ਦੇ ਤਹਿਤ ਲੱਗ ਗਿਆ ਤੇ ਹੁਣ ਜਿਹੜੀਆਂ ਅਗਲੇ ਕਾਰਵਾਈਆਂ ਨੇ ਉਹ ਮਲਕੇ ਚੱਲ ਰਹੀਆਂ ਨੇ ਜੀ ਖੈਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਕਿਤੇ ਨਾ ਕਿਤੇ ਸਪਸ਼ਟ ਹੋ ਜਾਏਗੀ ਕਿ ਕੀ ਅੱਗੇ ਮਹਾਰਾਸ਼ਟਰ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਹੀ ਲਾਗੂ ਰਹੇਗਾ ਜਾਂ ਫਿਰ ਕਿਸੇ ਦੀ ਸਰਕਾਰ ਬਣਦੀ ਹੈ ਸੋ ਸਰ ਬਹੁਤ-ਬਹੁਤ ਸ਼ੁਕਰੀਆ ਕਿ ਇਹਨਾ तमाम ਵੱਡੀਆਂ ਖਬਰਾਂ ਦੇ ਉੱਪਰ ਤੁਸੀਂ ਸਾਨੂੰ ਆਪਣੇ ਵਿਚਾਰ ਸਾਂਝੇ ਕੀਤੇ ਤੇ ਇਹਨਾ ਖਬਰਾਂ ਦੇ ਆਰ-ਪਾਰ ਦੇਖਣ ਵਿੱਚ ਸਹਾਇਤਾ ਕੀਤੀ ਬਹੁਤ-ਬਹੁਤ ਸ਼ੁਕਰੀਆ ਸ਼ੁਕਰੀਆ ਜੀ ਜੀ ਸੋ ਇਸੇ ਤਰ੍ਹਾਂ ਹਰ ਰੋਜ਼ ਹਾਜ਼ਰ ਹੋਵਾਂਗੇ ਪ੍ਰੋਗਰਾਮ ਖਬਰਾਂ ਦੇ ਆਰ-ਪਾਰ ਦੇ ਨਾਲ ਜਿੱਥੇ तमाम ਖਬਰਾਂ ਦੇ ਉੱਪਰ ਕਰਾਂਗੇ ਚਰਚਾ ਤੇ ਇਸ ਦੇ ਨਾਲ ਹੀ ਇੱਕ ਜਾਣਕਾਰੀ ਦੇ ਦਈਏ ਕਿ ਜੇਕਰ ਤੁਹਾਡੇ ਕੋਲ ਕੋਈ ਸੁਝਾ ਹੈ ਜਾਂ ਕੋਈ ਸਵਾਲ ਹੈ ਜਾਂ ਜੇ ਤੁਸੀਂ ਚਾਹੁੰਦੇ ਹੋ ਕਿ ਕਿਸੇ ਖਬਰ ਦੇ ਉੱਪਰ ਜਾਂ ਕਿਸੇ ਜੋ ਟੌਪਿਕ ਹੈ ਉਸ ਦੇ ਉੱਪਰ ਚਰਚਾ ਕੀਤੀ ਜਾਣੀ ਚਾਹੀਦੀ ਹੈ ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਜੋ ਫੀਡਬੈਕ ਹੈ ਜਾਂ ਫਿਰ ਆਪਣਾ ਕੋਈ ਜਵਾਬ ਹੈ ਸਾਂਝਾ ਕਰਨਾ ਚਾਹੁੰਦੇ ਹੋ ਤੁਸੀਂ ਲਿਖ ਸਕਦੇ ਹੋ ਤੇ ਅਗਲੇ ਦਿਨ ਤੁਹਾਡੇ ਨਾਮ ਦੇ ਹਵਾਲੇ ਤੋਂ ਉਸ ਦੇ ਉੱਪਰ ਚਰਚਾ ਜ਼ਰੂਰ ਕੀਤੀ ਜਾਏਗੀ ਫਿਲਹਾਲ ਹੀ ਅੱਜ ਲਈ ਹੀ ਇੱਥੇ ਅਲਵਿਦਾ ਲੈਂਦੇ ਹਾਂ ਮੈਨੂੰ ਇੰਦਰਪ੍ਰੇਕ ਕਾਰਪਨ ਨੂੰ ਤੇ ਪ੍ਰੋਫੈਸਰ ਕਮਲੇਸ਼ ਸਿੰਘ ਦੁੱਗਲ ਜੀ ਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ ਧੰਨਵਾਦ ਵਾਹਿਗੁਰੂ ਸਤਗੁਰ ਨਾਨਕ ਪਰਗਟਿਆ ਮਿਟੀ ਤੁੰਦ ਜਗ ਚਾਨਣ ਹੋਆ ਸਿੱਖ ਧਰਮ ਦੇ ਬਾਨੀ ਮਹਾਨ ਦਾਰਸ਼ਨਿਕ ਕੁਲ ਦੁਨੀਆ ਦੇ ਰਾਦਸੀਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਸੰਸਾਰ ਪਰ ਦੇ ਕੋਨੇ ਕੋਨੇ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਆਓ ਗੁਰੂ ਸਾਹਿਬ ਦੀ ਦਰਸਾਈ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਿਏ ਕੁਦਰਤ ਬਚਾਈਏ ਅਤੇ ਮਨੁੱਖਤਾ ਦੇ ਹਾਨੀ ਬਣੀਏ ਇਸ ਮਹਾਨ ਅਫਸਰ ਤੇ ਅਜੀਤ ਵੈਬ ਟੀਵੀ ਦੀ ਟੀਮ ਆਪਣੇ ਦਰਸ਼ਕਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਹੋਣ ਵਾਲੇ ਸਮਾਗਮਾਂ ਦੀ ਲਗਾਤਾਰ ਪੇਸ਼ਕਾਰੀ ਦਿਖਾ ਕੇ ਰੂਹਾਨੀਅਤ ਦੇ ਰੰਗ ਨਾਲ ਜੋੜੇਗੀ ਸੋ ਲਗਾਤਾਰ ਵੇਖਦੇ ਰਹੋ ਅਜੀਤ ਵੈਬ ਟੀਵੀ ਧੰਨ ਧਨਵਾਗੇ